ਕੁਛ ਦੇਰ ਪਹਿਲੇ ਮੈਂ ਤੁਹਾਨੂੰ ਇੱਕ ਤਸਵੀਰਾਂ ਤੋਂ ਰੂਬਰੂ ਕਰਵਾਇਆ ਹੈ ਕਿ ਅਖਨੂਰ ਦਰਿਆ ਪਰ ਪੇਟ ਵਿੱਚ 8 ਮਹੀਨੇ ਦਾ ਬੱਚਾ ਸੀ ਔਰ ਗਰਭਵਤੀ ਮਹਿਲਾ 9 ਮਹੀਨੇ ਦਾ ਬੱਚਾ ਹੈ ਔਰ ਮਾਤਾ ਅਖਨੂਰ ਲੋਹੇ ਦੇ ਪੁਲ ਪਰ ਜਾਈਏ ਛਲਾਂਗ ਲਗਾਉਂਦੇ ਹੁਣ ਇਸ ਚੀਜ਼ ਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਆਖਿਰ ਕੀ ਵਜ੍ਹਾ ਰਹੀ ਹੈ ਮਗਰ ਇਸ ਵੇਲੇ ਜਿਹੜੀ ਬੇਟੀ ਨੇ ਛਲਾਂਗ ਲਗਾਈ ਉਹਦੀ ਸੱਸ ਸਾਡੇ ਕੰਨੇ ਇਸ ਵੇਲੇ ਮੌਜੂਦ ਆਂਟੀ ਕੀ ਗੱਲ ਹੋਈ ਪੂਰੀ ਕੋਈ ਘਰ 'ਚ ਲੜਾਈ ਝਗੜਾ ਨਹੀਂ ਕੋਈ ਲੜਾਈ ਨਹੀਂ ਮੈਂ ਆਪਣੀ ਧੀਆਂ ਕੋਲ ਵੀ ਉੱਤੇ ਰੱਖੀ ਦੀ ਆ ਕੋਈ ਗੱਲਬਾਤ ਨਹੀਂ ਅਸੀਂ ਇਹਦੇ ਪੇਕੀਆਂ ਨੂੰ ਵੀ ਪਤਾ ਆ ਇਹਦੇ ਪੇਕੀਆਂ ਸਾਰਿਆਂ ਨੂੰ ਪਤਾ ਆ ਮੈਂ ਬੜੀ ਅੱਛੀ ਰੱਖੀ ਦੀ ਆ ਹਾਂ ਮੈਂ ਬੜੀ ਅੱਛੀ ਰੱਖੀ ਦੀ ਆ ਸਵੇਰੇ ਉਹਨੂੰ ਕੱਢ ਹੜਿਆ ਉਹਦੀ ਮਾਂ ਨੂੰ ਉਹ ਮਾਂ ਬੈਠੀ ਦੀ ਮਾਸੀ ਸਵੇਰੇ ਉਹਨੂੰ ਕੱਢ ਹੜਿਆ ਚਾਹ ਚੁ ਪੀਣ ਆਈ ਆ ਸਾਡੇ ਕੋਲੋਂ ਅਸੀਂ ਚਾਹ ਵੀ ਪਿਲਾਈ ਉਹਨੂੰ ਹਾਂ ਚਾਹ ਚੁ ਪੀ ਕੇ ਗਈ ਆ ਮੇਰੇ ਮੁੰਡੇ ਨੂੰ ਫੋਨ ਆਇਆ ਇਹ ਟੁੰਡੇ ਕਰਦਾ ਸੀ ਉਧਰ ਸਾਰੇ ਅੱਗੇ ਪਿੱਛੇ ਟੁੰਡੇ ਕਰਦਾ ਮੋਟਰਸਾਈਕਲਾਂ ਦੇ ਇਹਦੀ ਮਾਂ ਟੁੰਡੇ ਕਰਦਾ ਲਾੜੀ ਸਾਡੀ ਦੀ ਲਾੜੀ ਦੀ ਮਾਂ ਟੁੰਡੇ ਕਰਦੀ ਸੀ ਤੇ ਦੋਵੇਂ ਮੋਟਰਸਾਈਕਲ ਟੁੰਡੇ ਕਰਦੇ ਹਨ ਤੇ ਉਧਰ ਕਿਸੇ ਦਾ ਫੋਨ ਆ ਗਿਆ ਇਹਨਾਂ ਨੂੰ ਭਲਾ ਇੱਥੇ ਫਾਈਲ ਪਈ ਦੀ ਆ ਨਿਸ਼ਾ ਦੇਵੀ ਰਕੇਸ਼ ਕੁਮਾਰ ਇਹਨਾਂ ਆਖਿਆ ਮੇਰੀ ਆ ਇਹਨੂੰ ਬੋਲਿਆ ਭਲਾ ਨਿਸ਼ਾ ਕਹਾਂ ਹੈ ਬੋਲਦੇ ਨਿਸ਼ਾ ਨੇ ਛਲਾਂਗ ਲਗਾ ਦੀ ਆ ਇੰਨੀ ਬਾਤ ਹੋਈ ਆ ਐਪਲੀਕੇਸ਼ਨ ਕੀ ਕਰਨਾ ਦੇਖ ਲਓ ਹਾਂ ਮੈਂ ਸਵੇਰੇ 6 ਵਜੇ ਗਈ ਇੱਥੇ ਮੈਂ ਇਹ ਚਲੇ ਗਏ ਨਾ ਤੇ ਮੈਂ ਇੱਥੇ ਰੋਂਦੀ ਰਹੀ ਕੱਲੀ ਮੈਨੂੰ ਇੱਥੇ ਇੱਕ ਮੁੰਡਾ ਦੋ ਤਰ੍ਹਾਂ ਮੁੰਡੇ ਲੈ ਕੇ ਆਏ ਨਾ ਆਹਦੇ ਵਿੱਚ ਚੱਲ ਤੂੰ ਪਰਚਾ ਲਵਾ ਮੈਂ ਪਰਚਾ ਲਾ ਗਈ ਆ ਸਵੇਰੇ ਫਿਰ ਗੱਲ ਹੋ ਗਈ ਆ ਇਹਨਾਂ ਨੇ 6 ਵਜੇ ਦੀ ਗੱਲ ਸੀ ਪਰਚਾ ਲਾਉਣ ਆਈਆਂ ਇਹਨਾਂ ਇਹ ਟਾਈਮ ਆ ਗਿਆ ਇਹਨਾਂ ਲਾਸ਼ ਨਹੀਂ ਟੁੰਡੀ ਚਲੋ ਲਾਸ਼ ਹੀ ਸਾਨੂੰ ਦੇਖ ਦੇ ਬਸ ਲਾਸ਼ ਕੇ ਦੇਖਦੇ ਜੇ ਮਰ ਗਈ ਤੇ ਲਾਸ਼ ਹੀ ਦੇਖਦੇ ਸਾਨੂੰ ਬੜੇ ਹੀ ਦੁੱਖ ਦੀ ਤਸਵੀਰ ਹੈ ਜਿਹੜੀ ਸਾਹਮਣੇ ਨਜ਼ਰ ਆਈ ਹੈ ਮਗਰ ਪਰਿਵਾਰ ਇਸ ਵੇਲੇ ਸਾਹਮਣੇ ਨਜ਼ਰ ਆਇਆ ਲੜਕੀ ਬਾਗੀ ਹੈ ਬੇਇੱਜ਼ਤੀ ਹੋ ਰਹੀ ਹੈ ਇਹ ਬੇਇੱਜ਼ਤੀ ਹੈ ਮੇਰਾ ਪਰਿਵਾਰ ਉਜੜ ਗਿਆ ਮੇਰਾ ਪਰਿਵਾਰ ਉਜੜ ਗਿਆ ਇਨਕੇ ਲਈ ਨਾਮ ਬੇਇੱਜ਼ਤੀ ਹੈ SHO ਸਾਹਿਬ ਨੇ ਕਿਆ ਬੋਲ ਦਿਆ SHO ਸਾਹਿਬ ਨੇ ਬੋਲ ਦਿਆ ਜੋ ਗਾਰਡ ਕੀ ਡਿਊਟੀ ਹੋਤੀ ਹੈ ਜੋ ਅੰਦਰ ਜਾਤਾ ਹੈ ਉਸਕੋ ਮਨਾ ਕਰਨਾ ਜੋ ਅੰਦਰ ਸੇ ਬਾਹਰ ਆਤਾ ਉਸਕੋ ਮਨਾ ਨਹੀਂ ਕਰਨਾ ਮੈਂ ਸਾਹਿਬ ਦਰਵਾਜੇ ਦੋ ਰੱਖੇ ਹੈ ਬੱਚਾ ਲੈ ਕੇ ਕੋਈ ਵੀ ਦੂਸਰੀ ਸਾਈਡ ਸੇ ਭਾਗ ਸਕਤਾ ਹੈ ਬੱਚਾ ਲੈ ਕੇ ਭਾਗ ਸਕਤਾ ਅਭੀ ਜੈਸੇ ਕਿ ਆਪ ਯਹਾਂ ਪਰ ਇਸ ਟਾਈਮ ਮੌਜੂਦ ਹੈ ਔਰ ਅਭੀ ਕਿਆ ਕਿਆ ਕੁਛ ਸਿਚੁਏਸ਼ਨ ਬਣੀ ਹੈ ਇਹਨੋਂ ਨੇ ਵੀ ਆਪਕੋ ਬੋਲਾ ਕਿ ਆਪ ਕਾਨਾ ਚੱਕ ਜਾਓ ਨਹੀਂ ਇਹਨੋਂ ਨੇ ਬੋਲਾ ਆਪਨੇ ਦੇਖਿਆ ਉਹ ਮਰੀ ਨਹੀਂ ਹੈ ਐਸੇ ਝੂਠ ਬੋਲ ਰਹੇ ਹੋਗੇ ਵਗੈਰਾ ਝੂਠ ਬੋਲ ਰਹੇ ਅਗਰ ਝੂਠ ਬੋਲ ਰਹੇ ਹੋਗੇ ਤਾਂ ਆਪ ਢੂੰਡੋ ਨਾ ਆਹੋ ਹਮੇ ਢੂੰਡ ਕੇ ਦੋ ਜੇ ਹਮਾਰਾ ਸਾਥ ਨਹੀਂ ਦੇ ਰਹੇ ਹੈ ਜੇ ਜੋ ਸਕਿਉਰਟੀ ਗਾਰਡ ਉਨਕਾ ਸਾਥ ਦੇ ਰਹੇ ਆਪ ਕੀ ਮੰਗ ਕਰਤੇ ਹੈ ਮੈਂ ਮੰਗ ਜੇ ਹੀ ਕਰਤਾ ਹੂੰ ਕਿ ਉਸ ਲੜਕੇ ਕੋ ਸਾਥ ਮਿਲਾਇਆ ਜਾਏ ਉਸ ਲੜਕੇ ਕੋ ਮੈਂ ਸਾਥ ਲੈ ਕੇ ਜਾਇਆ ਜਾਏ ਠੀਕ ਹੈ ਮੇਰੀ ਬੀਵੀ ਮੇਰੇ ਕੋ ਚਾਹੀਏ ਜੈਸੇ ਮੈਂ ਸ਼ੌਂਕ ਕੇ ਗਿਆ ਥਾ ਨਾ ਉਹ ਮੇਰੇ ਕੋ ਸੌਂਪ ਜਾਏ ਤੋ ਜੈਸੇ ਕਿ ਲੜਕੀ ਕੇ ਮਾਂ ਬਾਪ ਉਹ ਆਪਕੇ ਸਾਥ ਹੈ ਉਹ ਕੁਛ ਆਪਕੇ ਉਪਰ ਉਹ ਵੀ ਮੇਰੇ ਸਾਥ ਥੇ ਹਮ ਇਕੱਠੇ ਆਏ ਹਾਂ
इकट्ठे बैठते हैं, वो मेरे साथ हैं, ऐसी कोई बात नहीं है। जो उनकी उनकी फैमिली है सारी, जो उनकी फैमिली से बातचीत हो पाएगी, उनकी माता जी, उनके पिताजी, जो आपकी वाइफ है, उसकी मौसी है, मौसी ने वगैरह कुड़ी को मतलब शादी शादी करवाई थी कुड़ी की, उन्होंने आप उनसे बातचीत करवा देंगे। तो यहाँ पर आप देख सकते हैं एक मांग है वो करते हुए नजर आ रहे हैं। भैया आप क्या लगते हैं हस्बैंड को मतलब क्या बात हुई, यहाँ पर एडमिट थे और कैसे अखनूर दरिया तक पहुंचे? जी सर यही बात का पता नहीं चल रहा कि एक घंटे पौने घंटे में कैसे पहुंच गए, जहाँ से लेके वहां तक पैदल भी जाना है ना, इसने पैदल भी जाना है तो भी 15-20 मिनट लग सकते हैं, गाड़ी में बैठना है, गाड़ी को अंदर थोड़ी आएगी बस लेने इसको, जहाँ बस लेने फाइल मिली है पुल के ऊपर से, तो लड़के बोल रहे हैं, पुलिस वाले बोल रहे हैं उधर से कि उसने लड़की ने छलांग लगा दिया, नीचे प्रेग्नेंट थी लड़की, वो फाइल छोड़ी और छलांग लगाई और बाय करके चलेगी। भैया सवाल सबसे बड़ा ये बनता है कि हॉस्पिटल में एडमिट पेशेंट यहाँ से बाहर निकलना कहीं तो कहीं हॉस्पिटल की लापरवाही। सर ये कैमरे चेक किए ना, वो कि जो बाहर गार्ड बैठे थे ना, वो बोल रहे नहीं गई सुबह तक माने नहीं, इसने मेरा आधा घंटा पौना घंटा मतलब इन्होंने मेरा वेस्ट किया, आधा घंटा पौना घंटा वेस्ट किया, और बाद में जब देखा ना कैमरे में देखा ना, जब वो पास से भागी है ना, मैं कि जा रही थी, ठीक है पास से जा रही थी, जब गले में हाथ डाल के बैठे थे गप्पे लगा रहे, इनको 5 रुपए से मतलब है सर, 5 रुपए से मतलब है, और किसी से कोई मतलब नहीं है, चाहे वो मरे जिए कोई मतलब नहीं है। अगर बच्चा पैदा होता है जैसे इसे मतलब खुसरे वगैरह रहते हैं ना घर में, कोई बच्चा पैदा हो जाए उससे भी ज्यादा पैसे ले जाते हैं सरकारी हॉस्पिटल, उससे भी ज्यादा पैसे ले जाते हैं। घर में खुशी का माहौल था, मतलब घर में वंश बढ़ने वाला था, मगर ऐसी क्या बात रही कि निशा देवी को इस तरह का कदम उठाना पड़ा? सर हम पूरी तैयारी में आए थे कि कल ऑपरेशन है, मैं अपनी मम्मा को भी लेके आया था साथ में, बीपी शुगर की मरीज है मेरी मम्मा, ठीक है इसको भी साथ में लेके आया था कि आप साथ में चलो, आपका जाना जरूरी है, हैं मुझे क्या पता था कि जे काम हो जाना, मैं मम्मा को घर से नहीं लाता, मेरी मम्मा की कंडीशन भी बहुत। पुलिस ने मामला दर्ज करवाया आपने? पुलिस में मामला दर्ज करवाया, 3 जगह करवाया, मैं कि 2 जगह करवाया, एक ने तो अखनूर वालों ने तो किया नहीं, कानाजाक वाले भी नहीं कर रहे थे, और ये कर रहे हैं, ये बोलता मरी नहीं है, अगर नहीं मरी है तो हमें मतलब पैदा करके दो कहाँ से भी, यहीं भी है। क्या अपील करते सर आप? अपील के मेरे को मेरी बीबी और बच्चा चाहिए, मैंने कोई लेना देना नहीं, कोई प्राइवेट लगे सरकारी लगे, सरकारी हॉस्पिटल है प्राइवेट लगाए हैं, चलो अच्छी बात है प्राइवेट लगाए हैं, तो सरकारी तो कोई लग नहीं सकता, सरकारी नौकरी बंद कर दी है, ठीक है तो प्राइवेट वाले को पूछो, बोलता हमारी रिस्पॉन्सिबिलिटी नहीं है, डॉक्टरों को पूछो तो डॉक्टरों पर जहाँ से है ही नहीं, वो बात तक घर में चलेंगे। लड़की के माता पिता आए यहाँ? लड़की के माता पिता सर जो भी किया मौसी ने किया, जो भी किया मौसी ने किया, मौसी है लड़की। मगर लगातार तस्वीरें मैं तुहानू इस वेले जम्मू दे शालामार हस्पताल तू दसने दा प्रयास कर रहा, जिथे जनाब परिवार दा साफ तौर पर शालामार हस्पताल पर यह आरोप है कि इत्थू जनाब बेटी एडमिट ही और इत्थू किस तरह चली गई है, आखिर चनाब दरिया तक किस तरह पुजी है, सीसीटीवी कैमरा इत्थे लगे रहे, आखिर क्या कुछ लापरवाही रही है, मगर परिवार इस वेले सदमे विच है, तुस तस्वीरां सांझी देख सकते हो। मेरा निका जिहा पोतरा रह गया, ओनू कौन पालेगा, सानू उत्ते कमांदे रे सिक्योरिटी गार, इहदी मां नू वी ते मैनू वी इक उहदे नाल लगे दा इक मेरे नाल, सारे उत्ते कमाए इहनां ने, पता नहीं किन्ने इलाके सानू कमाए, सानू नहीं लभी वी, मैं है नहीं इत्थे, फिर अहीं जिस समें के थल्ले आए ते गए मुड़े मेरे नू पालेदा कैमरे तकण, कैमरे दिखो
ਉਹ ਸਕੂਟੀ ਗਾਲ ਨਾਲ ਸਾਨੂੰ ਭੁਲੇਖਾ ਕਰਾ ਲਿਆ, ਆਦੇ ਬਾਹਰ ਨੀ ਗਈ, ਆਦੇ ਬਾਹਰ ਨੀ ਗਏ ਜੇ ਉਦੋਂ ਦੱਸਦੇ ਅਸੀਂ ਉਸੇ ਮੌਕੇ ਦੌੜੇ ਪੈ ਜਾਣਾ ਸੀ, ਅਸੀਂ ਉਸੇ ਮੌਕੇ ਠੂਠ ਲੈਣੀ ਸੀ। ਪਤਾ ਨੀ ਉਹ ਕੋਈ ਪਤਾ ਨੀ ਕੋਲ ਲੈ ਗਿਆ, ਕਿਸ ਤਰ੍ਹਾਂ ਕਿਸੇ ਨੇ ਚੁੱਕ ਕੇ ਛੁੱਟੀ ਹੈ ਕੋਈ ਪਤਾ ਨੀ। ਨਿਸ਼ਾ ਕੁਮਾਰੀ ਉਹ ਬੱਚਾ ਰਹਿ ਗਿਆ ਛੋਟਾ ਜਿਹਾ, ਉਹ ਕਿੰਨੂ ਰੋਏ। ਮੈਂ ਡਾਕਟਰ ਜਾਨੀਆਂ ਨੂੰ ਵੀ ਗਾਲਾਂ ਕੱਢਣੀ ਪਈਆਂ ਜਿਹਨਾਂ ਸਾਨੂੰ ਉੱਥੇ ਨਹੀਂ ਬਹਿਣ ਦਿੱਤਾ, ਨਹੀਂ ਸਾਰੇ ਹੁਣ ਥੋੜੇ ਉਹ ਇਹ ਛੱਡਣ ਗਏ ਬਹਿਣ ਲੱਗੀ ਤੇ ਨੀ ਬਹਿਣ ਦਿੱਤਾ ਸੀ, ਕਿੰਨੇ ਜਣੇ ਹਾਂ ਨੀ ਬਹਿਣ ਦਿੱਤਾ ਉਹਨੂੰ, ਉਹ ਡਾਕਟਰ ਨੀ ਅਸੀਂ ਬਾਹਰ ਚਲੋ। ਉਹ ਵਿਚਾਰੀ ਕੁੜੀ ਕਨੇ ਕੀ ਗੱਲ ਹੋਈ ਤੁੰਦੀ? ਕੁੜੀ ਕਹਿੰਦੇ ਚਾਹ ਚੂ ਪੀ ਕੇ ਗਈ ਹੈ ਬਸ ਸਾਡੇ ਕੋਲ ਕੁਛ ਨਹੀਂ, ਹਾਂ ਕੋਈ ਗੱਲ ਨੀ ਉਹਨੇ ਕੀਤੀ ਨਾ, ਕੱਲ ਆਈ ਹੈ ਮੁੰਡੇ ਨੇ ਸਮੋਸਾ ਲਿਆਂਦਾ ਮੈਂ ਵੀ ਆਈ ਹਾਂ, ਉਹਨੇ ਜੰਪ ਕਿਉਂ ਕੀਤਾ? ਉਹਨੇ ਸਮੋਸਾ ਆਪੇ ਨੀ ਖਾਦਾ, ਇੰਨਾ ਹਰ ਖਾਦਾ ਮੈਨੂੰ ਦੇ ਬੈਠੀ ਹੈ, ਮੰਮੀ ਲੈ ਖਾ ਮੇਰੇ ਨਾਲ ਬੜਾ ਕਰਦੀ, ਮੈਂ ਬੜਾ ਕਰਨੀ ਆ ਉਹਦੇ ਨਾਲ, ਸਾਨੂੰ ਨੀ ਲੱਭਣੀ। ਕੁਛ ਦੇਰ ਪਹਿਲੇ ਮੈਂ ਤੁਹਾਨੂੰ ਮਾਮਲਾ ਜਿਹੜਾ ਜੰਮੂ ਦੇ ਸ਼ਾਲਾਮਾਰ ਤੋਂ ਵੀ ਸਾਂਝਾ ਕੀਤਾ ਹੈ, ਇੱਕ ਅਪਡੇਟ ਕਿ 8 ਮਹੀਨੇ ਦਾ ਪੇਟ ਵਿੱਚ ਬੱਚਾ ਹੈ, ਉਹ ਨਿਸ਼ਾ ਦੇਵੀ ਘਰੂ ਹਸਪਤਾਲ ਤੋਂ ਚਨਾਬ ਦਰਿਆ ਅਖਨੂਰ ਤੱਕ ਪੁੱਜੀ ਜਾਂਦੀ, ਆਖਿਰ ਕਿੰਨਾ ਪੁੱਜਦੀ ਹੈ, ਮਗਰ ਇਸ ਵੇਲੇ ਇਹਨੇ ਤਸਵੀਰਾਂ ਤੁਹਾਨੂੰ ਸਾਂਝੀ ਕਰਾ ਰਿਹਾ, ਜੰਮੂ ਦੇ ਸ਼ਾਲਾਮਾਰ ਹਸਪਤਾਲ ਤੋਂ ਸਾਂਝੀ ਕਰਨ ਦਾ ਪ੍ਰਯਾਸ ਕਰ ਰਿਹਾ, ਜਿੱਥੇ ਜਨਾਬ ਪਰਿਵਾਰ ਦਾ ਸਾਫ਼ ਤੌਰ ਪਰ ਐਡਮਿਨਿਸਟ੍ਰੇਸ਼ਨ ਜਿਹੜੀ ਹਸਪਤਾਲ ਜਿਹੜੇ ਗੌਰਮੈਂਟ ਹਸਪਤਾਲ ਹੈ ਇਸ ਪਰ ਆਰੋਪ ਹੈ, ਅਸੀਂ ਚੀਜ਼ ਕੋਈ ਪੁਸ਼ਟੀ ਨਹੀਂ ਕਰਦੇ, ਹੁਣ ਵਜ੍ਹਾ ਕਹਿ ਰਹੀ ਹੈ ਜੇਕਰ ਟਾਈਮ ਇਸਦੀ ਕੋਈ ਪੁਸ਼ਟੀ ਨਹੀਂ ਕਰਦਾ, ਮਗਰ ਪਰਿਵਾਰ ਦਾ ਇਹ ਆਰੋਪ ਹੈ ਕਿ ਹਸਪਤਾਲ ਤੋਂ ਨਿਸ਼ਾ ਦੇਵੀ ਚਨਾਬ ਦਰਿਆ ਤੱਕ ਕਿਸ ਤਰ੍ਹਾਂ ਪੁੱਜੀ ਹੈ, ਆਖਿਰ CCTV ਕੈਮਰੇ ਵੀ ਇੱਥੇ ਲੱਗੇ ਰਹੇ, ਕਿਆ ਸਟਾਫ ਦੀ ਲਾਪਰਵਾਹੀ ਹੈ, ਮਗਰ ਜੇਕਰ ਟਾਈਮ ਇਸਦੀ ਕੋਈ ਪੁਸ਼ਟੀ ਨਹੀਂ ਕਰਦਾ, ਮਗਰ ਸਾਫ਼ ਤੌਰ ਪਰ ਇਹ ਪਰਿਵਾਰ ਦੇ ਇਹ ਆਰੋਪ ਹੈ, ਮਗਰ ਅਜੇ ਤੱਕ ਚਨਾਬ ਦਰਿਆ ਵਿੱਚ ਪੌਣੀਚੱਕ ਪੁਲਿਸ ਔਰ ਅਖਨੂਰ ਪੁਲਿਸ ਔਰ SDRF ਟੀਮ ਲਗਾਤਾਰ ਉੱਥੇ ਸਰਚ ਅਭਿਆਨ ਜਿਹੜਾ ਜਾਰੀ ਆ, ਔਰ ਨਿਸ਼ਾ ਦੇਵੀ ਨੂੰ ਤੁਪਨੇ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਗਰ ਜਿਹੜੇ ਲੋਕ ਇਸ ਵੇਲੇ ਇਸ ਵੀਡੀਓ ਕੀ ਦੇਖਾ ਰਹੇ ਉਹ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਜਾਏ, ਉਹ ਭਗਵਾਨ ਅੱਗੇ ਦੁਆ ਕਰੋ ਕਿ ਨਿਸ਼ਾ ਦੇਵੀ ਜਿੱਥੇ ਵੀ ਉਹ ਠੀਕ ਹੋ, ਮਗਰ ਕੁਦੇ ਨਾ ਕੁਦੇ ਅੱਗ ਦੇਖਿਆ ਜਾ ਤਾਂ ਪਰਿਵਾਰ ਇਸ ਵੇਲੇ ਸਦਮੇ ਵਿੱਚ ਹੈ, ਦੋ ਘਰ ਇਸ ਵੇਲੇ ਸਦਮੇ ਵਿੱਚ ਹੈ, ਆਖਿਰ ਹੁਣ ਕੀ ਵਜ੍ਹਾ ਰਹੀ ਹੈ, ਆਖਿਰ ਕਿਆ ਕਾਰਨ ਰਿਹਾ ਕਿ ਨਿਸ਼ਾ ਦੇਵੀ ਕੀ ਐਸਾ ਕਦਮ ਉਠਾਉਣਾ ਪਿਆ, ਹੁਣ ਇਹ ਤਾਂ ਜਾਂਚ ਦਾ ਵਿਸ਼ਾ, ਅਸੀਂ ਇਸ ਚੀਜ਼ ਪਰ ਕੋਈ ਪੁਸ਼ਟੀ ਨਹੀਂ ਕਰਦੇ, ਮਗਰ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਚਨਾਬ ਦਰਿਆ ਤੋਂ ਵੀ ਸਾਂਝੀ ਕੀਤੀ ਹੈ ਔਰ ਹਸਪਤਾਲ ਤੋਂ ਵੀ ਸਾਂਝੀ ਕਰਨ ਦਾ ਪ੍ਰਯਾਸ ਕਰ ਰਹੇ ਹਾਂ, ਪਰਿਵਾਰ ਦਾ ਸਾਫ਼ ਤੌਰ 'ਤੇ ਇਹ ਆਰੋਪ ਹੈ ਕਿ ਸ਼ਾਲਾਮਾਰ ਹਸਪਤਾਲ 'ਚ ਜਿਹੜਾ ਸਟਾਫ ਹੈ ਇਹਦੀ ਲਾਪਰਵਾਹੀ ਦੇ ਕਾਰਨ ਅੱਜ ਨਿਸ਼ਾ ਦੇਵੀ ਹਸਪਤਾਲ ਤੋਂ ਨਿਕਲੀ ਆ, ਚਨਾਬ ਦਰਿਆ ਤੱਕ ਪੁੱਜੀ ਆ, ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ, ਜੇਕਰ ਟਾਈਮ ਇਸਦੀ ਕੋਈ ਪੁਸ਼ਟੀ ਨਹੀਂ ਕਰਦਾ, ਮਗਰ ਜਿਹੜੇ ਲੋਕ ਇਸ ਵੇਲੇ ਇਸ ਵੀਡੀਓ ਕੀ ਦਿਖਾ ਰਹੇ ਆ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਜਾਏ ਔਰ ਭਗਵਾਨ ਅੱਗੇ ਦੁਆ ਜ਼ਰੂਰ ਕਰੇ।